ਸੁਨੀਲ ਜਾਕਰ ਦੇ ਬਿਆਨ ਤੇ ਹੁਣ ਸੁਖਜਿੰਦਰ ਰੰਧਾਵਾ ਦਾ ਪਲਟਵਾਰ ਦੇਖੋ ਸੁਖਜਿੰਦਰ ਰੰਧਾਵਾ ਨੇ ਸੁਨੀਲ ਜਾਕਰ ਨੂੰ ਕਹਿ ਦਿੱਤੀ ਹੈ ਇਹ ਫਰਟੀ ਗੱਲ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਵੀਡੀਓ ਦੇ ਅਖੀਰ ਤੱਕ ਜਰੂਰ ਬਣੇ ਰਹੋ ਕਿਉਂਕਿ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰਾਂ ਤੁਹਾਡੇ ਲਈ ਖਾਸ ਜਾਣਕਾਰੀ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਕਾਂਗਰਸੀ ਆਗੂ ਅਤੇ ਪੰਜਾਬ ਆਜ ਪਾ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਕਰ ਦੇ ਉਸ ਬਿਆਨ ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਗਈ ਹੈ ਜੀ ਦੇ ਵਿੱਚ ਉਹਨਾਂ ਕਿਹਾ ਸੀ ਕਿ ਪੰਜਾਬ ਦੇ ਕਾਂਗਰਸੀ ਆਗੂਆਂ ਨੇ ਸਤਾਧਾਰੀ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਪਰਹਾਨ ਕਰ ਲਿਆ। ਰੰਧਾਵਾ ਨੇ ਕਿਹਾ ਕਿ ਇਸ ਦੋਸ਼ ਨੇ ਸੁਨੀਲ ਜਾਖੜ ਦਾ ਮੌਕਾ ਪ੍ਰਸਤ ਕਿਰਤਾਰ ਫੀਨੰੰਗਾ ਕਰ ਦਿੱਤਾ। ਸੁਖਜਿੰਦਰ ਰੰਧਾਵਾ ਨੇ ਕਿਹਾ ਜਾਖੜ ਨੇ ਉਹ ਹੱਥ ਫਾੜ ਦਿੱਤਾ ਜਿਸ ਨੇ ਦਹਾਕਿਆਂ ਤੱਕ ਉਹਨਾਂ ਤੇ ਉਹਨਾਂ ਦੇ ਪਰਿਵਾਰ ਨੂੰ ਖੋਇਆ। ਅਤੇ ਇਹ ਉਹਨਾਂ ਦਾ ਡਰਾ ਜੋ ਉਹਨਾਂ ਨੂੰ ਬੁੜਬੜਾਉਣ ਦੇ ਲਈ ਮਜਬੂਰ ਕਰ ਰਿਹਾ। ਹਰ ਕੋਈ ਜਾਣਦਾ ਹੈ ਕਿ ਕਿਸ ਨੇ ਆਪਣੇ ਆਪ ਨੂੰ ਕਾਨੂੰਨੀ ਕਾਰਵਾਈ ਤੋਂ ਬਚਣ ਦੇ ਲਈ واਸ਼ਿੰਗ ਮਸ਼ੀਨ ਪਾਰਟੀ ਦੇ ਨਾਲ ਗੁਪਤ ਕੀਤਾ ਰੰਧਾਵਾ ਨੇ ਕਿਹਾ ਆਪਣੇ ਮਾੜੇ ਕੰਮਾਂ ਤੋਂ ਟੜਦੇ ਚਾਖੜੂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਜਿਸ ਦੇ ਨਾਲ ਉਹ ਆਪਣੇ ਸਿਆਸੀ ਜੀਵਨ ਦੌਰਾਨ ਨਫ਼ਰਤ ਕਰਦੇ ਸਨ ਖੋਤੇ ਪਰਿਵਾਰ ਨੂੰ ਸਨਮਾਨ ਮਾਨਤਾ ਜ਼ਿੰਮੇਵਾਰ ਅਤੇ ਅਹੁਦੇ ਦੇਣ ਵਾਲੀ ਕਾਂਗਰਸ ਪਾਰਟੀ ਦੀ ਪਿੱਛੇ ਵਿੱਚ ਛੁਰਾ ਮਾਰਨ ਦੇ ਲਈ ਸੁਨੀਲ ਚਾਖੜ ਦੀ ਆਲੋਚਨਾ ਕਰਦੇ ਰੰਧਾਵਾ ਨੇ ਕਿਹਾ ਚਾਖੜ ਦੇ ਪਿਤਾ ਬਲਰਾਮ ਚਾਖੜ ਵੀ ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਰਾਜਪਾਲ ਵਰਗੀਆਂ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਉਹਨਾਂ ਨੂੰ ਲੋਕ ਸਭਾ ਦਾ ਸਪੀਕਰ ਤੇ ਫਿਰੋਦੀ ਧਿਰ ਦਾ ਨੇਤਾ ਨਿਯੁਕਤ ਕੀਤਾ ਕਾਂਗਰਸ ਪਾਰਟੀ ਦੇ ਫੈਲੋਨਾਂ ਨੂੰ ਬਹੁਤ ਸਨਮਾਨ ਦਿੱਤਾ ਗਿਆ। ਉਹਨਾਂ ਨੇ ਕਿਹਾ ਜਿਸ ਪਰਿਵਾਰ ਦੇ ਮੈਂਬਰ ਸਾਰੀ ਉਮਰ ਕਾਂਗਰਸੀ ਰਹੇ ਅੱਜ ਸੁਨੀਲ ਉਹਨਾਂ ਦੀ ਇਮਾਨਦਾਰੀ ਤੇ ਸਵਾਲ ਉਠਾ ਰਹੇ ਨੇ। ਸੁਨੀਲ ਜਾਖੜ ਮੌਕਾ ਪ੍ਰਸਤਾਨ ਦੇ ਵਿੱਚੋਂ ਇੱਕ ਨੇ ਅਤੇ ਜਿਨ੍ਹਾਂ ਨੇ ਨਾ ਸਿਰਫ ਕਾਂਗਰਸ ਪਾਰਟੀ ਦਾ ਭਰੋਸਾ ਤੋੜਿਆ ਸਗੋਂ ਆਪਣੇ ਪਰਿਵਾਰ ਦੀ ਇੱਜ਼ਤ ਨੂੰ ਵੀ ਟੱਲ ਗਏ। ਰੰਦਾਵਾ ਨੇ ਕਿਹਾ ਕਾਂਗਰਸ ਲੀਡਰਸ਼ਿਪ ਨੇ ਜਾਖੜ ਪਰਿਵਾਰ ਦੀ ਪਾਰਟੀ ਪ੍ਰਤੀ ਵਚਨ ਪੱਤਾ ਦਾ ਹਮੇਸ਼ਾ ਸਤਿਕਾਰ ਕੀਤਾ। ਇਹ ਕਾਰਨ ਸੁਨੀਲ ਜਾਖੜ ਦੀ ਕਾਂਗਰਸ ਦੇ ਨਾਲ ਮਜ਼ਬੂਤ ਸਾਂਝ ਦੇ ਦੌਰਾਨ ਉਹਨਾਂ ਨੂੰ ਵੱਖ-ਵੱਖ ਅਹੁਦੇ ਦਿੱਤੇ ਗਏ ਐਸ ਤੱਤ ਦੇ باوجود ਕਿ ਉਹ ਚੋਣ ਹਾਰ ਕੇ ਸਨ ਉਹਨਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਵਿਰੋਧੀ ਟੀਰਧਾਰ ਨੇਤਾ ਨਿਯੁਕਤ ਕੀਤਾ ਗਿਆ ਇਥੋਂ ਤੱਕ 2022 ਦੀਆਂ ਚੋਣਾਂ ਦੇ ਲਈ ਪਾਰਟੀ ਦੇ ਪ੍ਰਚਾਰ ਕਮੇਟੀ ਦੀ ਅਗਵਾਈ ਕਰਨ ਦੇ ਲਈ ਜ਼ਿੰਮੇਵਾਰੀ ਸੌਂਪੀ ਗਈ ਉਹਨਾਂ ਨੇ ਕਿਹਾ ਪਾਰਟੀ ਦਾ ਸ਼ੁਕਰਗੁਜ਼ਾਰ ਹੋਣ ਦੀ ਬਜਾਏ ਉਹ ਜੋ ਕਾਂਗਰਸ ਦੀ ਆਲੋਚਨਾ ਕਰ ਰਹੇ ਨੇ ਸੋ ਸਿੱਧੇ ਤੌਰ ਤੇ ਸੁਨੀਲ ਜਾਖੜ ਤੇ ਪਲਟਫਾਰਮ ਕੀਤਾ ਗਿਆ ਸੁਖਿੰਦਰ ਰੰਧਾਵਾ ਦੇ ਵੱਲ ਸੋ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਫੱਟੀਆਂ ਗੱਲਾਂ ਆਖੀਆਂ ਗਈਆਂ ਨੇ ਸੁਖਿੰਦਰ ਰੰਧਾਵਾ ਦੇ ਵੱਲੋਂ ਸੋ ਉਥੇ ਸੋ ਇਹ ਜਾਕਰਿਸ ਨੂੰ ਕਿਵੇਂ ਦੇਖਦੇ ਨੇ ਅਤੇ ਕੀ ਜਵਾਬ ਦਿੰਦੇ ਨੇ ਸੋ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਧੰਨਵਾਦ